ਅਸਲਾਮ ਵਾਲੇਕਮ ਸਿਆਸੀ ਡੇਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ فرمਾਈ ਤੇ ਮਿਠਾ ਜੀ ਵਡੀਆਂ ਖਬਰਾਂ ਲੈ ਕੇ ਮੈਂ ਤੁਹਾਡੀ ਖਿਦਮਤ ਦੇ ਵਿੱਚ ਇੱਕ ਵਾਰ ਫਿਰ ਹਾਜ਼ਰ ਹੋ ਚੁੱਕਿਆ ਹਾਂ ਯਕੀਨ ਕਰੋ ਕਿ بڑے ਰੌਲੇ ਅੱਜ ਸਾਰਾ ਦਿਨ ਅਦਾਲਤਾਂ ਦੇ ਵਿੱਚ ਨਿਆਜ਼ੀ ਸਾਹਿਬ ਜਿਹੜੇ ਨੇ ਉਹ ਖੱਜਲ ਖਰਾਬ ਹੁੰਦੇ ਰਹੇ ਨੇ ਕਦੀ ਇਲੈਕਸ਼ਨ ਕਮਿਸ਼ਨ ਕਦੀ ਕਿਧਰੇ ਕਦੀ ਕਿਧਰੇ ਕਿਧਰੋਂ ਜੁੱਤੀਆਂ ਪੈ ਰਹੀਆਂ ਕਿਧਰੋਂ ਬੋਤਲਾਂ ਕੋ ਸੱਠ ਰਹੀਆਂ ਕਿਧਰੋਂ ਕੋ ਤੱਕੇ ਵਜ ਰਹੇ ਨੇ ਤੇ ਇਲੈਕਸ਼ਨ ਕਮਿਸ਼ਨ ਜਿਹੜਾ ਉਹਨੇ 2 ਅਗਸਤ ਨੂੰ ਫਰਦੇ ਜੁਰਮ ਆਇਤ ਜਿਹੜੀ ਹੈ ਉਹ ਕਰਨ ਦਾ ਵੀ ਕਹਿ ਦਿੱਤਾ 2 ਅਗਸਤ ਨੂੰ Imran Khan ਸਾਹਿਬ ਤੇ ਇਲੈਕਸ਼ਨ ਕਮਿਸ਼ਨ ਜਿਹੜਾ ਉਹ ਫਰਦੇ ਜੁਰਮ ਆਇਤ ਕਰੇਗਾ ਤੋਹਿੰਨੇ ਇਲੈਕਸ਼ਨ ਕਮਿਸ਼ਨ ਦੇ ਵਿੱਚ ਤੇ ਖਾਨ ਸਾਹਿਬ ਨੇ ਅੱਜ ਮੇਰੇ ਖਿਆਲ ਨਾਲ JIT ਦੇ ਵਿੱਚ ਵੀ ਪੇਸ਼ ਹੋਣਾ ਸੀ JIT ਉਹ ਅਮਰੀਕੀ ਖੱਤ ਉਹਦੀ ਵੀ ਜਿਵੇਂ ਕੋਈ ਤਫਸੀਲਾਤ ਸਾਡੇ ਸਾਹਮਣੇ ਆਣ ਗਈਆਂ ਤੇ ਉਹ ਅਸੀਂ ਉਹ ਵੀ ਤੁਹਾਡੇ ਗੋਸ਼ਤਕਾਰਾਂ ਦੇ ਕਿੰਨੇ ਸਵਾਲਾਤ ਹੋਏ ਕਿਹੜੇ ਕਿਹੜੇ ਸਵਾਲਾਤ ਹੋਏ ਕੀ ਕੀ ਸਾਖਤਾ ਹੋਇਆ ਕਿਉਂਕਿ ਉਹਦੇ ਵਿੱਚ ਤੁਹਾਨੂੰ ਪਤਾ ਹੈ ਸ਼ਾਹ ਮਮੂਦ ਕੁਰੀਸ਼ੀ ਔਰ ਅਸਦ ਉਮਰ ਸਾਹਿਬ ਜਿਹੜੇ ਨੇ ਉਹ ਆਪਣਾ ਬਿਆਨ ਰਿਕਾਰਡ ਕਰਾ ਚੁੱਕੇ ਨੇ ਔਰ ਤਕਰੀਬਨ ਵਾਦਾ ਮਾਫਗੁਆ ਬਣ ਚੁੱਕੇ ਨੇ ਉਹਨਾਂ ਨੇ ਕਿਹਾ ਜੀ ਸਾਡਾ ਕੋਈ ਕਸੂਰ ਨਹੀਂ ਜੋ ਵੀ ਕੀਤਾ ਜੇ ਇਹ ਨਿਆਜ਼ੀ ਨੇ ਕੀਤਾ ਜੇ ਇਹਨੂੰ ਪੁੱਛੋ ਤੇ ਜਿਹੜਾ ਉਹ ਆਜ਼ਮ ਖਾਨ ਦਾ ਬਿਆਨ ਆਇਆ ਇਕਬਾਲੀ ਬਿਆਨ ਦਫਾ 164 ਦਾ ਉਹਨੂੰ ਮਿਲਾ ਲਓ ਤੇ ਇਹ ਇਹ ਮੁਜਰਮ ਜੇ ਇਹਨੂੰ ਫੜ ਲੋ ਸਾਡਾ ਤਾਂ ਕੋਈ ਤਲਕ ਵਾਸਤਾ ਨਹੀਂ ਅਸੀਂ ਤੇ ਮਸੂਮ ਆ ਉਹ ਦੋਵੇਂ ਜਿਹੜੇ ਨੇ ਉਹ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ ਹੁਣ ਕਿਉਂਕਿ ਰੰਦਾ ਜੂ ਫਿਰਨਾ ਠੋਕ ਠਕਾਈ ਜੀ ਹੋਣੀ ਹੈ ਤੇ ਉਹਨਾਂ ਨਿਕਲ ਨਹੀਂ ਆ ਵਿੱਚ ਠੀਕ ਹੈ ਨਾ ਅੱਛਾ ਜੀ ਖਬਰਾਂ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਲੈ ਕੇ ਆ ਸੁਪਰੀਮ ਕੋਰਟ ਦੇ ਵਿੱਚ ਕੀ ਕੀ ਹੋ ਰਿਹਾ ਅੱਜ ਤੇ ਬੜੇ ਬੜੇ ਰੌਲੇ ਤੇ ਬੜਾ ਬੜਾ ਉੱਥੇ ਲਿੱਟਰ ਪ੍ਰੇਡ ਤੇ ਠੋਕ ਠਕਾਈ ਤੇ ਬੜਾ ਕੁਝ ਉੱਥੇ ਹੋਇਆ ਅਨੇਕੇ ਚੂਜ਼ੇ ਦੇ ਨਾਲ ਇਹ ਚੂਜ਼ਾ ਕੌਣ ਹੈ ਨਿਕਾ ਪਿਸਤਾ ਇਹ ਵੀ ਅਸੀਂ ਤੁਹਾਨੂੰ ਦੱਸਨੇ ਆ ਪਨਾਮਾ ਲੀਕਸ ਕੇਸ ਸਰਾਜੋ ਲਖ ਦਾ ਮੁੱਤਰ ਨਿਕ ਛੋਟਾ ਖਡਾਉਣਾ ਉਹਦਾ ਮੂਤਰ ਨਿਕਲ ਗਿਆ ਇਹ ਦੱਸਣਿਆ ਕਿਵੇਂ ਨਿਕਲਿਆ ਅੱਗੇ ਆਓ ਨਵਾਜ਼ ਸ਼ਰੀਫ ਫਿਰ ਸੁਰਖਰੂ ਹੋ ਗਿਆ ਸੁਪਰੀਮ ਕੋਰਟ ਦੇ ਵਿੱਚੋਂ ਇਹ ਦੱਸਣਿਆ ਤੁਹਾਨੂੰ ਇਹ ਕੀ ਮਾਮਲਾ ਅੱਗੇ ਆ ਜਾਓ ਨਿਆਜ਼ੀ ਦੇ ਵਕੀਲ ਜਿਹੜੇ ਨੇ ਉਹ ਵੀ ਡੈਸਟ ਕਰਦ ਨਿਕਲੇ ਜੱਜਾਂ ਨੂੰ ਧਮਕੀਆਂ ਇਹ ਕੀ ਮਾਮਲਾ ਹੈ ਇਹ ਵੀ ਤੁਹਾਨੂੰ ਦੱਸਣਿਆ ਇਹ ਪੂਰਾ ਆਵੇ ਦਾ ਆਵਾ ਵਿਗੜਿਆ ਜਿਹੜਾ ਮੈਂ ਕਹਿਣਾ ਨਾ ਇਹ ਉੱਤੋਂ ਤੋਂ ਲਾ ਕੇ ਥੱਲੇ ਤੱਕ ਇਹ ਉਹ ਪੂਛ ਵਾਲੀਆਂ ਦੇ ਨੇ ਜਿਹੜੇ ਪਿੰਨਾ ਥਮ ਤੇ ਚੌ ਲੱਤਾਂ ਵਾਲੀਆਂ ਨਹੀਂ ਹੁੰਦੀਆਂ ਤੇ ਅਰੂੜੀਆਂ ਤੇ ਸੁਈਆਂ ਹੁੰਦੀਆਂ ਨੇ ਜਾ ਕੇ ਤੇ ਵਿੱਚੋਂ ਨਿਕਲਦੇ ਨੇ ਉਹ ਇਹ ਉਹ ਨੇ ਸਾਰੇ ਦੇ ਸਾਰੇ ਉਤੋਂ ਨਿਆਜੀ ਤੋਂ ਲਾ ਕੇ ਥੱਲੇ ਤੱਕ ਐ ਸੋਸ਼ਲ ਮੀਡੀਆ ਵਾਲਿਆਂ ਤੱਕ ਟਿਕਟਾਕ ਵਾਲਿਆਂ ਵਾਲੇ ਤੱਕ ਸਾਰੇ ਇਹ ਉਹ ਨੇ ਸਾਬਤ ਹੁੰਦਾ ਔਰ ਅਸੀਂ ਜਿਹੜੀ ਗੱਲ ਕਰਨੇ ਉਹ ਸਾਬਤ ਹੁੰਦੀ ਹੈ ਅੱਲਾ ਦੇ ਫਜ਼ਲੁ ਕਰਮ ਦੇ ਨਾਲ ਦੂਸਰੇ ਦਿਨ ਚ ਓਥੇ ਦਿਨ ਅੱਠਵੇਂ ਦਿਨ ਦਸਵੇਂ ਦਿਨ ਉਹ ਸਾਬਤ ਹੁੰਦੀ ਠੀਕ ਹੈ ਨਾ ਜੀ ਅੱਛਾ ਖਬਰਾਂ ਜਿਹੜੀਆਂ ਮੈਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਇਆ ਪਨਾਮਾ ਲੀਕਸ ਕੇਸ ਸਰਾਜੋ ਲਖਦਾ ਮੋਟਰ ਨਿਕਲ ਗਿਆ ਤੁਹਾਨੂੰ ਪਤਾ ਹੈ ਕਿ ਮਹੀਨਾ ਪਹਿਲੇ ਸਰਾਜ ਲਖਸਾਹਬ ਅਦਾਲਤ ਦੇ ਵਿੱਚ ਸੀ ਤੇ ਅਦਾਲਤ ਜਿਹੜੀ ਆ ਉਹਨਾਂ ਕਹਿਆ ਬਈ ਤੂੰ ਸਾਰੇ ਆਪਣਾ ਜਵਾਬ ਲੈ ਕੇ ਆਣਾ ਇੱਥੇ ਸਾਡੇ ਕੋਲ ਤੁਹਾਨੂੰ ਪਤਾ ਪਨਾਮਾ ਲੀਕਸ ਦੇ ਵਿੱਚ ਨਿਵਾਜ ਸ਼ਿਫ ਦਾ ਨਾਮ ਨਹੀਂ ਸੀ ਸਰਾਜ ਲਖ ਨੂੰ ਪੈਸੇ ਦਿੱਤੇ ਗਏ ਇਹ ਸੁਪਰੀਮ ਕੋਰਟ ਚ ਗਿਆ ਸੁਪਰੀਮ ਕੋਰਟ ਨੇ ਕੇਸ ਸੁਣਿਆ 434 ਬੰਦਿਆਂ ਦੇ ਨਾਮ ਸੀ ਨਿਵਾਜ ਸ਼ਿਫ ਤਰਸੀਦੇ ਵਿੱਚ ਨਾ ਹੀ ਨਹੀਂ ਸੀ ਧੱਕੇ ਨਾਲ ਨਾਮ ਪਾ ਕੇ ਪਾ ਕੇ 434 ਬੰਦਿਆਂ ਨੂੰ ਸਾਈਡ ਤੇ ਕੀਤਾ ਨਵਾਜ਼ ਸ਼ੀਫ ਨੂੰ ਅੰਦਰ ਕੀਤਾ ਕਰਕੇ ਉਹਨੂੰ ਨਾਹਲ ਕਰਾਇਆ ਇਹ ਸਾਰਾ ਡਰਾਮਾ ਤੁਹਾਨੂੰ ਪਤਾ ਨਾ ਉਹ ਪਟੀਸ਼ਨ ਜਿਹੜੀ ਸੀ ਉਹ ਸਰਾਜ ਲੱਕ ਦੀ ਸੀ ਸਰਾਜ ਲੱਕ ਜਿਹੜਾ ਜਿਵੇਂ ਜਦੋਂ ਕਿਸੇ ਨੂੰ ਮਤਲਬ ਕਿਸੇ ਫਸਣਾ ਹੋਵੇ ਜਾਂ ਜਦੋਂ ਕਿਸੇ ਨੇ ਸੁਰਖਰੂ ਹੋਣਾ ਹੋਵੇ ਤੇ ਇਸ ਤਰ੍ਹਾਂ ਦੇ ਗੰਦੇ ਕਿਰਦਾਰ ਜਿਹੜੇ ਨੇ ਉੱਕ ਜਿਹੜੇ ਨਾ ਕਿਦ ਨੇ ਫਸ ਜਾਂਦੇ ਨੇ ਹੁਣ ਮੈਂ ਸਮਝ ਨਾ ਬਸ ਸਰਾਜ ਲੱਕ ਤੋਂ ਗੰਦਾ ਕਿਰਦਾਰ ਪਾਕਿਸਤਾਨ ਵਿੱਚ ਕੋਈ ਵੀ ਨਹੀਂ ਇਸ ਗੰਦੇ ਕਿਰਦਾਰ ਦੀ ਪਟੀਸ਼ਨ ਤੋਂ ਵਜ੍ਹਾ ਤੋਂ ਅੱਜ ਪਾਕਿਸਤਾਨ ਜਿਹੜਾ ਇਟਾਕੇ ਟੋਕਰੀ ਹੋਇਆ ਤਰੱਕੀ ਕਰਦਾ ਪਾਕਿਸਤਾਨ ਅੱਜ ਅਸੀਂ ਜਾਪਾਨ ਔਰ ਚਾਨਾ ਤੱਕ ਪਹੁੰਚਿਆ ਹੋਣਾ ਅਸੀਂ ਤਰੱਕੀ ਕਰਕੇ ਅਗਰ ਨਿਵਾਸੀ ਰਹਿੰਦਾ ਤੇ ਇਸ ਰਾਜੂਲ ਹੱਕ ਦੀ ਵਜ੍ਹਾ ਤੋਂ ਚੰਦ ਟਕੇ ਲੈ ਕੇ ਚੰਦ ਕਰੋੜ ਰੁਪਇਆ ਲੈ ਕੇ ਔਰ ਫੈਜ਼ ਉਮੀਦ ਔਰ ਸਾਕਬ ਨਸਾਰ ਨਰ ਨਿਆਜ਼ੀ ਕੋਲੋਂ ਚੰਦ ਮਰਾਤ ਲੈ ਕੇ ਸੈਨਟ ਦੀ ਸੀਟ ਲੈ ਕੇ ਇਸ ਬੰਦੇ ਨੇ ਪਾਕਿਸਤਾਨ ਦੇ ਨਾਲ ਖੇਡ ਖੇਡਿਆ ਉਹ ਜਨਾਬ ਇਹ ਕੋਈ ਦਰਹਾਸੀ ਸੁਪਰੀਮ ਕੋਰਟ ਦੇ ਵਿੱਚ ਪੁਰਾਣੀ ਪਈ ਇਹਦੀ ਕਿ ਜੀ ਨਿਵਾਸ ਸ਼ੀਫ ਤੇ ਹੋ ਗਿਆ ਹੁਣ ਤੇ ਬਾਕੀ ਇਹ 434 ਨੇ ਉਹਨਾਂ ਦੇ ਉਹਨਾਂ ਦੇ ਵੀ ਤਹਿਕੀਕਾਤ ਸ਼ੁਰੂ ਕੀਤੀਆਂ ਜਾਣ ਉਹ ਜਸਟਿਸ ਤਾਰਕ ਮਸੂਦ ਸਾਹਿਬ ਨੇ ਉਹਨਾਂ ਦਾ ਬੈਂਚ ਬਣ ਗਿਆ ਮਹੀਨਾ ਪਹਿਲੇ ਉਹਨਾਂ ਨੇ ਬੁਲਾ ਲਿਆ ਤਾਰਕ ਇਹਨੂੰ ਐ ਨਿੱਕਾ ਕੌਡੇ ਨੂੰ ਸਰਾਜੁਲ হক ਨੂੰ ਐ ਬੁਲਾ ਕੇ ਤੇ ਪੁੱਛਿਆ ਹਾਂ ਵੀ ਕੀ ਹਾਲ ਚਾਲ ਤੇਰਾ ਨਿੱਕੂ ਆਂਦਾ ਜੀ ਮੈਂ ਠੀਕ ਹਾਂ ਉਹਨਾਂ ਆਖਿਆ ਕੀ ਲੈਣ ਆਇਆ ਅਹ ਮੈਂ ਪਨਾਮਾ ਲੀਕਸ ਦੀ ਤਹਿਕੀਕਾਤ ਲੈਣ ਆਇਆ ਉਹਨਾਂ ਕਹੇ ਠੀਕ ਹੈ ਦਿਨ ਹੈ ਤਹਕੀਕਤ ਤੈਨੂੰ ਜਹਰੀ ਗੱਲੇ ਉਹਨਾਂ ਕਹੇ ਅੱਛਾ ਤੂੰ ਉਹਨਾਂ ਸਟੂਲ ਰੱਖਿਆ ਉਹਨਾਂ ਕਹੇ ਤੇ ਖਲੋ ਜਾ ਉਹ ਨਜ਼ਰ ਚ ਨਹੀਂ ਹੁੰਦਾ ਛੋਟਾ ਜੂ ਜੋ ਹੈ ਬਿਲਕੁਲ ਖਤਮ ਹੋਏ ਆ ਰਿਸ਼ਵਤ ਖਾ ਖਾ ਕੇ ਤੇ ਕੱਖ ਕੰਡਾ ਨਹੀਂ ਸਰੋਇਆ ਗੁੱਦੇ ਜਿਗਰ ਵੀ ਫੇਲ ਹੋ ਗਿਆ ਸੋ ਤੇ ਛੋਲਿਆਂ ਤੇ ਗੁਜ਼ਾਰਾ ਕਰਦਾ ਨਰਾ ਜਾਂ ਪੱਤਿਆਂ ਪੁੱਤਿਆਂ ਦੇ ਤਰੇਕ ਦੇ ਪੱਤੇ ਛੋਲੇ ਜਵਾਰ ਬਾਜਰਾ ਇਹ ਖਾ ਖੋ ਕੇ ਗੁਜ਼ਾਰਾ ਕਰਦਾ ਉਹ ਜਨਾਬ ਉਹਨਾਂ ਕਹੇ ਅੱਛਾ ਪਿਲ ਇਹ ਜਿਹੜੇ 434 ਨੇ ਨਾ ਇਹਨਾਂ ਨਾਲ ਤੇ ਅਸੀਂ ਜਾਣਦੇ ਆ ਸਭ ਤੋਂ ਪਹਿਲਾਂ ਤੂੰ ਸਾਨੂੰ ਇਹ ਦੱਸ ਬ ਇਸ ਪਨਾਮਾ ਲੀਕਚ ਨਿਵਾਸ਼ੀ ਦਾ ਨਾਮ ਕਿੱਥੇ ਮਹੀਨਾ ਪਹਿਲੇ ਜੱਜ ਨੇ ਕਿਹਾ ਅਸੀਂ ਵੀਡੀਓ ਵੀ ਕੀਤੀ ਸੀ ਦੱਸਿਆ ਬੀ ਸਿੱਤਾ ਮਹੀਨਾ ਪਹਿਲੇ ਜੱਜ ਨੇ ਕਿਹਾ ਇਹਦੇ ਕੋਲ ਪੁੱਛਿਆ ਕਿ ਨਿਵਾਸ਼ ਸ਼ਰੀਫ ਦਾ ਨਾਮ ਕਿੱਥੇ ਹੀ ਪਨਾਮਾ ਲੀਕਸ ਵਿੱਚ ਉਹਨੇ ਕਿਹਾ ਨਾਮ ਤਾਂ ਕੋਈ ਨਹੀਂ ਜੱਜ ਨੇ ਕਿਹਾ ਮਰ ਤੂਏ ਤੇ ਕਾਕੀ ਦਾ ਵਿਆਹ ਕਰਨਾ ਆਇਆ ਨਵਾਂ ਅਸੀਵ ਨੂੰ ਨਾਲ ਤੂੰ ਕਰਵਾਇਆ ਉਦੋਂ ਤੂੰ ਅਦਾਲਤ ਦੇ ਵਿੱਚ ਜਦੋਂ ਇਹ ਪਟੀਸ਼ਨ ਦਾਇਰ ਕੀਤੀ ਉਦੋਂ ਤੂੰ ਕਿਉਂ ਨਾ ਦੱਸਿਆ ਜੀ ਇਹਦਾ ਨਾਮ ਤੇ ਕੋਈ ਨਹੀਂ ਲੇਕਿਨ ਮੈਂ ਪੈਸੇ ਖਾ ਲਏ ਨੇ ਸਾਕਬ ਅਨਸਾਰ ਫੈਜ਼ ਈਦ ਫਲਾਣਾ ਇਮਰਾਨ ਖਾਨ ਉਰਾ ਪਰ ਮੈਂ ਇਹਨਾਂ ਕੋਲ ਪੈਸੇ ਖਾ ਲਏ ਨੇ ਤੇ ਮੈਂ ਸੈਨੇਟ ਦੀ ਸੀਟ ਲੈ ਲਈਏ ਤੇ ਜਿਹੜਾ ਮੈਂ ਇਹ ਹਲਫੀਆ ਬਿਆਨ ਲਖਾਨਾ ਪੇ ਅਦਾਲਤ ਦੇ ਵਿੱਚ ਇਹ ਝੂਠ ਜੇ ਉਦੋਂ ਤੂੰ ਕਿਉਂ ਨਾ ਬੋਲਿਆ ਸਰਾਜ ਰੱਖ ਨੂੰ ਜੱਜ ਨੇ ਪੁੱਛਿਆ ਉਦੋਂ ਤੂੰ ਕਿਉਂ ਨਾ ਕਿਹਾ ਉਨੇ ਕਹ ਉਹਨੇ ਕਹ ਨਾਮ ਬਹਾਤ ਨਿਵਾਸੀ ਦਾ ਕਿੱਥੇ ਉਹਨੇ ਕਹ ਨਾਮ ਤਾਂ ਕੋਈ ਨਹੀਂ ਉਹਨੇ ਕਹ ਪਰ ਤੂੰ ਪਟੀਸ਼ਨ ਕਿਉਂ ਕੀਤੀ ਆਂਦਾ ਮੈਂ ਤੇ ਪੈਸੇ ਖਾਦੇ ਸੀ ਉਹ ਫਿਰ ਉਦੋਂ ਇੱਕ ਮਹੀਨੇ ਪਹਿਲੇ ਜੱਜ ਜਸਟਿਸ ਤਾਰਿਕ ਮਸੂਦ ਨੇ ਇਹ ਛੋਟੇ ਇਹ ਟੋਕੇ ਨੂੰ ਕਿਹਾ ਸਰਾਜੁਲ হক ਨੂੰ ਬਈ ਤੂੰ ਇੱਕ ਮਹੀਨੇ ਦਾ ਤੇਰੇ ਕੋਲ ਟਾਈਮ ਹੈ ਆਪਣਾ تفصیلی جواب ਲਿਖ ਕੇ ल्या ਬਈ ਤੈਨੂੰ ਮਸਲਾ ਕੀ ਹੈ ਤੈਨੂੰ ਖੁਰਕ ਕਿੱਥੇ ਹੁੰਦੀ ਹੈ ਕਿੰਨੇ ਪੈਸੇ ਤੂੰ ਖਾਦੇ ਸਾਂ ਉਹ ਹੁਣ ਅੱਜ ਜਿਹੜਾ ਇਹ ਟੋਕਾ ਜਿਹੜਾ ਨਿੱਕਾ ਮਲਬੀ ਉਥੇ ਪਹੁੰਚ ਜਾਂਦਾ ਜਵਾਬ ਲੈ ਕੇ ਜਵਾਬ ਦੇ ਵਿੱਚ ਵੀ ਉਹ ਕੋਈ ਕੁੱਛ ਜੱਜ ਨੇ ਕਿਹਾ ਜਵਾਬ ਉਹਨੇ ਕਿਹਾ ਜੀ ਇਹ ਜਵਾਬ ਓਏ ਉਹਨੇ ਕਿਹਾ ਮੈਂ ਤੈਨੂੰ ਪੁੱਛਣਾ ਨਿਵਾਸ਼ ਸ਼ੀਫ ਦਾ ਨਾਂ ਕਿੱਥੇ ਈ ਉਹ ਕਹਿੰਦਾ ਜੀ ਕੋਈ ਨਹੀਂ ਸੀ ਉਹਨੇ ਕਿਹਾ ਫਿਰ ਦਾਇਰ ਕਿਉਂ ਕੀਤੀ ਸੀ ਦਰਹਾਸ ਆਂਦਾ ਜੀ ਪੈਸੇ ਖਾਦੇ ਸੀ ਮਾਫ ਕਰ ਦਿਓ ਉਹਨੇ ਕਿਹਾ ਫਿਰ ਹੁਣ ਕੀ ਕਰਨਾ ਚਾਹੀਦਾ ਅੱਗੋਂ ਫਿਰ ਇੱਥੇ ਹੁਣ ਇੱਥੋਂ ਅਗਲੀ ਗੱਲ ਤੁਸਾਂ ਸੁਣਨੀ ਨਿਵਾਸ਼ ਸ਼ੀਫ ਸੁਰਖਰੂ ਕਿਵੇਂ ਹੁੰਦਾ ਜੱਜ ਨੇ ਕਿਹਾ ਹੁਣ ਫਿਰ ਕੀ ਕਰਨੇ ਤੂੰ ਆਪੇ ਹੀ ਕਹਿ ਰਿਹਾ ਕਿ ਨਿਵਾਸ਼ ਸ਼ੀਫ ਦਾ ਨਾਂ ਹੀ ਨਹੀਂ ਸੀ ਹੁਣ ਕੀ ਕਰੀਏ ਉਹ ਕਹਿੰਦਾ ਜੀ ਨਵਾਜ਼ ਸ਼ੀਫ ਦੀ ਸਜ਼ਾ ਰਿਵਰਸ ਕਰੋ ਉਹ ਬੇਕਸੂਰ ਹੈ ਮੇਰੇ ਕੋਲ ਗਲਤੀ ਹੋ ਗਈ ਮੈਂ ਪੈਸੇ ਖਾ ਲਏ ਸੀ ਤੇ ਮੈਂ ਸੈਨੇਟ ਦੀ ਸੀਟ ਲੈਣੀ ਸੀ ਉਹ ਖਾਣੀ ਸੀ ਮੈਂ ਅਯਾਸ਼ੀ ਕਰਨੀ ਸੀ ਮੇਰਾ ਟੋਕਾ ਨਹੀਂ ਸੀ ਚੱਲਦਾ ਹਾਂ ਜੱਜ ਨੇ ਕਿਹਾ ਬੜਾ ਬੇਵਕੂਫ ਆਦਮੀ ਉਹਨੇ ਕਿਹਾ ਅੱਛਾ ਜਿਹੜੇ 434 ਬੰਦੇ ਨਹੀਂ ਉਹ ਕਿੱਥੇ ਨਹੀਂ ਹੁੰਦਾ ਕੋਈ ਤੇਰੇ ਕੋਲ ਕੋਈ ਤਫਤੀਸ਼ ਕਰਨ ਦਾ ਕੋਈ ਮਾਮਲਾ ਕੋਈ ਕੋਈਰ ਕਾਨੂੰਨੀ ਕੰਮ ਨਾ ਕੀਤਾ ਹੋਵੇ ਕੋਈ منی ਲਾਂਡਰਿੰਗ ਕੀਤੀ ਹੋਵੇ ਕੋਈ ਪਾਕਿਸਤਾਨ ਦਾ ਪੈਸਾ ਚੋਰੀ ਕੀਤਾ ਹੋਵੇ ਤੇਰੇ ਕੋਲ ਸਬੂਤ ਹੈ ਕੰਦਾ ਨਹੀਂ ਮੇਰੇ ਕੋਲ ਤਾਂ ਕੋਈ ਤੇ ਉਹਨੇ ਕਹਿ ਗਰ ਤੂੰ ਇੱਥੇ ਲੈਣ ਕਿਹਾ ਜੇ ਤੂੰ ਤੇਰੇ ਕੋਲ ਸਬੂਤ ਹੀ ਕੋ ਨਹੀਂ ਕੰਪਨੀਆਂ ਲੋਕਾਂ ਬਿਜ਼ਨਸ ਨੇ ਕਾਰੋਬਾਰ ਨੇ ਬੜਾਉਂਦੇ ਨੇ ਬਾਹਰ ਅੰਦਰ ਪੈਸਾ ਆਂਦਾ ਜਾਂਦਾ ਕਾਰੋਬਾਰ ਦੁਨੀਆਂ ਦੇ ਚੱਲਦੇ ਰਹੇ ਤੂੰ ਕੀ ਲੈਣ ਆਇਆ ਇੱਥੇ ਦੁਬਾਰਾ ਸੁਪਰੀਮ ਕੋਰਟ ਆਂਦਾ ਜੀ ਮੈਨੂੰ ਮaaf ਕਰ ਦਿਓ ਮੈਨੂੰ ਧੋਖੇ ਨਾਲ ਫੈਜ਼ੂ ਹੋਰਾਂ ਤੇ ইমরান ਖਾਨ ਅੰਦਰ ਵੜਿਆ ਸੀ ਨਿਵਾਜ਼ ਸ਼ੀਫ ਨਾਲ ਜ਼ਿਆਤੀ ਹੋ ਗਈ ਤੇ ਉਹਨੂੰ ਮaaf ਕਰ ਦਿਓ ਤੇ ਰਿਵਿਊ ਪਟੀਸ਼ਨ ਕਰਕੇ ਤੇ ਨਿਵਾਜ਼ ਸ਼ੀਫ ਦੀ ਸਜ਼ਾ ਖਤਮ ਕਰੋ ਪਹਿਲੇ ਆਇਆ ਨਵਾਜ਼ ਸ਼ੀਫ ਨੂੰ ਸਦਾ ਦੋਣ ਜਦੋਂ ਜੱਜ ਨੇ ਫੜ ਲਿਆ ਉਹਨੇ ਕਿਹਾ ਨਾ ਕਿੱਥੇ ਨਵਾਜ਼ ਸ਼ੀਫ ਤਾਂ ਹੁਣ ਉਹ ਕਹਿੰਦਾ ਜੀ ਸਾਰੇ ਜੱਜ ਰਲੇ ਸਨ ਉਹ ਆਂਦਾ ਸਾਖਬ ਅਨਸਾਰ ਰਲੇ ਆ ਅਸੀਂ ਨਾਲ ਜਿਹੜਾ ਬੈਂਚ ਸੀ ਉਹ ਵੀ ਰਲੇ ਆ ਅਸੀਂ ਨਵਾਜ਼ ਸ਼ੀਫ ਬੇਕਸੂਰ ਸੀ ਉਹਦਾ ਨਾਮ ਹੀ ਨਹੀਂ ਸੀ ਹੈ ਲਿਆਗਾ ਮੈਂ ਜੱਜ ਸਾਹਿਬ ਮਾਫੀ ਮੰਗਣਾ ਮੈਨੂੰ ਮਾਫ ਕਰ ਦਿਓ ਉਹਨਾਂ ਅਗੇ ਤੈਨੂੰ ਮਾਫੀ ਕਿੱਥੇ ਦੇ ਤੈਨੂੰ ਤੇ ਜੇਲ ਤੋਂ ਨੈਸਾ ਬਸ ਤੂੰ ਇੱਕ ਵਜ਼ੀਰ ਆਜ਼ਮ ਨੂੰ ਅਹਲ ਕਰਵਾਇਆ ਪੈਸੇ ਲੈ ਕੇ ਤੂੰ ਮੰਨਿਆ ਪਿਆ ਅਦਾਲਤ ਤੇ ਔਰ ਨਾਲ ਤੂੰ ਕਹਿੰਨਾ ਪਿਆ ਬੇਕਸੂਰ ਉਹਦਾ ਨਾਮ ਹੀ ਨਹੀਂ ਸੀ ਤੇ ਫਿਰ ਤੂੰ ਦਰਹਾਸ ਕਿਉਂ ਦਿੱਤੀ ਹਲਫਨਾਮੇ ਤੇ ਸਾਈਨ ਕਿਉਂ ਕੀਤਾ ਜੇ ਮੈਂ ਜੋ ਕਹਿ ਰਿਹਾ ਸੱਚ ਕਹਿ ਰਿਹਾ ਆਂਦਾ ਜੀ ਮੈਂ ਅੰਨਾ ਹੋ ਗਿਆ ਸੀ ਸਰਾਜੂ ਲਾਕ ਉਹ ਨਿਕਾ ਟੋਕਾ ਕਹਿੰਦਾ ਮੈਂ ਅੰਨਾ ਹੋ ਗਿਆ ਸੀ ਜੀ ਮੈਨੂੰ ਪਤਾ ਨਹੀਂ ਲੱਗਾ ਮੈਂ ਤੇ ਟਕਈ ਇਹਨੇ ਮਿਲ ਗਿਆ ਸੀ ਤੇ ਸੈਨੇਟ ਦੀ ਸੀਟ ਤੇ ਮੇਰੇ ਤੇ ਬਾਰੇ ਨਿਆਰੇ ਹੋ ਗਏ ਸੀ ਤੇ ਮੈਂ ਕਰ ਦਿਓ ਮaaf ਜੱਜ ਸਾਹਿਬ ਤੇ ਮੈਂ ਘੱਟ ਔਰ ਜਾਣਾ ਇਹ ਹੋਣ ਸਰਾਜੂ ਲਾਕ ਦੇ ਨਾਲ ਉੱਥੇ ਅਦਾਲਤ ਦੇ ਵਿੱਚ ਪਿਆ ਹੁੰਦਾ ਉਹ ਜੱਜ ਬਾਰ ਬਾਰ ਪੁੱਛਦਾ ਪਨਾਮਾ ਲੀਕ ਸੀ ਨਿਵਾਸ਼ੀ ਦਾ ਨਾਮ ਕਿੱਥੇ ਕਹਿੰਦਾ ਕੋਈ ਨਹੀਂ ਤੇ ਕਹਿੰਦਾ ਫਿਰ ਤੂੰ ਜਿਹਦਾ ਨਾਮ ਹੀ ਨਹੀਂ ਸ਼ੁਰੂ ਸੁਝਾ ਵੀ ਦੋ ਆਤੀ ਕਹਿੰਦਾ ਰਲੇ ਸਾਂ ਪੈਸੇ ਖਾਦੇ ਸ ਫਾਜ਼ਮ ਈਦਰ ਸਾਕਬ ਅਨਸਾਰ ਇਮਰਾਨ ਖਾਨ ਜਸਟਿਸ ਖੋਸਾ ਨਾ ਸਰਹਲਿਸ ਤੇ ਇਹਨਾਂ ਨੂੰ ਸਜ਼ਾ ਦਿਓ ਆਂਦਾ ਇਹਨਾਂ ਨੂੰ ਸਜ਼ਾ ਦਿਓ ਫੜ ਕੇ ਸਾਕਬ ਅਨਸਾਰਾਂ ਨੂੰ ਤੇ ਮੈਨੂੰ ਛੱਡ ਦਿਓ ਟੋਕੇ ਦਾ ਤੂੰ ਕੰਮ ਚੈੱਕ ਕਰ ਮਿੱਠਿਆ ਇਹ ਜਮਾਤ ਇਸਲਾਮੀ ਦਾ ਨਿਕਾ ਟੋਕਾ ਇਹਦਾ ਇਹਦਾ ਕੰਮ ਚੈੱਕ ਆਂਦਾ ਇਹਨਾਂ ਨੂੰ ਸਜ਼ਾ ਦੇ ਦਿਓ ਇਹਨਾਂ ਨੇ ਮੇਨ ਘੱਲਿਆ ਸੀ ਪੈਸੇ ਦੇ ਕੇ ਤੇ ਮੇਰੀ ਅੱਖਾਂ ਚ ਡਾਲਰ ਪਾਏ ਸੀ ਤੇ ਮੈਂ ਆ ਗਿਆ ਤੇ ਮੈਨੂੰ ਪਤਾ ਲੱਗ ਗਿਆ ਕਿ ਉਹ ਨਾ ਹੀ ਨਹੀਂ ਸੀ ਤੇ ਇਹ ਨਿਵਾਸੀ ਬੇਕਸੂਰ ਹੈ ਉਹਨੂੰ ਬਹਾਲ ਕਰੋ ਤੇ ਇਹਨਾਂ ਨੂੰ ਅੰਦਰ ਕਰੋ ਤੇ ਮੈਨੂੰ ਮਾਫੀ ਦਿਓ ਇੱਥੇ ਉਹ ਟੋਕਾ ਜਿਹੜਾ ਪਹੁੰਚਿਆ ਅਗਲੀ ਖਬਰ ਤੇ ਅਜ ਨਵਾਜ਼ ਸ਼ੀਫ ਸੁਰਖਰੂ ਅਜ ਟੋਕੇ ਦੇ ਜ਼ਬਾਨੀ ਜਿਸ ਟੋਕੇ ਦੀ ਦਰਹਾਸ ਤੇ ਚਲ ਮੌਲਵੀ ਲਾਨ ਜਿਸ ਮੌਲਵੀ ਟੋਕੇ ਦੀ ਦਰਹਾਸ ਤੇ ਨਵਾਜ਼ ਸ਼ੀਫ ਨੂੰ ਸਜ਼ਾ ਦਿੱਤੀ ਗਈ ਉਹ ਮੌਲਵੀ ਟੋਕਾ ਹੋਣ ਜਿਹੜਾ ਉਹ ਅਦਾਲਤ ਦੇ ਵਿੱਚ ਕਹਿ ਰਿਹਾ ਜੀ ਉਹ ਬੇਕਸੂਰ ਸੀ ਇਹਨਾਂ ਨੂੰ ਫੜੋ ਸਾਖਬ ਨਸਰਰਾਂ ਨੂੰ ਇਹਨਾਂ ਨੇ ਮਿੰਨੀ ਪੈਸੇ ਦਿੱਤੇ ਸੀ ਤੇ ਆਪ ਵੀ ਖਾਦੇ ਸੀ ਤੇ ਸਜ਼ਾ ਇਹਨਾਂ ਨੂੰ ਦਿਓ ਤੇ ਮੈਨੂੰ ਛੱਡ ਦੇ ਧਿਆਨ ਕਰਨਾ ਮਿੱਠਿਆ ਜਰਾ ਧਿਆਨ ਕਰ ਜੂ ਥੀ ਅੱਗੇ ਕੀ ਆਜੇ ਅੱਛਾ ਅੱਗੇ ਆ ਜੋ ਜੀ ਨਿਆਜ਼ੀ ਦੇ ਵਕੀਲ ਜਿਹੜੇ ਨੇ ਉਹ ਵੀ ਦਹਿਸ਼ਤਗਰਦ ਨਿਕਲੇ ਤੇ ਜੱਜਾਂ ਨੂੰ ਧਮਕੀਆਂ ਹੁਣ ਤੁਸੀਂ ਅੰਦਾਜ਼ਾ ਲਾ ਲਓ ਜਿਵੇਂ ਜਿਵੇਂ ਖੇਡ ਆਖਰਤ ਜਿਹੜੀ ਹੈ ਨਾ ਅਖੀਰਾਲ ਅਸੀਂ ਜਾ ਰਹੇ ਹਾਂ ਨਾ ਸਜ਼ਾ ਦੇ ਟੋਕਰੇ ਥਲੇ ਦੇ ਨਾਲ ਉਵੇਂ-ਉਵੇਂ ਪਾਰਾ ਹਾਈ ਹੋ ਰਿਹਾ ਹੁਣ ਨਿਆਜ਼ੀ ਦੇ ਵਕੀਲ ਜਿਹੜੇ ਨੇ ਉਹ ਜੱਜਾਂ ਨੂੰ ਧਮਕੀਆਂ ਦੇਣ ਲੱਗੇ ਨੇ ਮਾਵਾ ਪੈਣਾ ਦੀਆਂ ਗਾਲਾਂ ਕੱਢਣ ਲੱਗਾ ਔਰ ਉਹਨਾਂ ਨੂੰ ਮਤਲਬ ਕਿ ਚੈਂਬਰ ਦੇ ਵਿੱਚ ਬੈਠਿਆ ਜੱਜ ਦੀ ਕੁਰਸੀ ਦੇ ਵਿੱਚ ਬੈਠਿਆ ਗਲਮਗਰੋਚ ਕਰਨੀ ਸ਼ੁਰੂ ਕਰ ਦਿੱਤੀ ਕਿਉਂਕਿ ਦੋਸ਼ਾਖਾਨਾ ਜਿਹੜਾ ਉਹ ਉਹ ਲੈ ਗਿਆ ਸੇਰੀ ਲੈ ਗਿਆ ਸਾਰਿਆਂ ਦੇ ਖਾਤੇ ਹੀ ਗੋਲ ਕਰ ਗਿਆ ਮਤਲਬ ਉਹਦੇ ਤੇ ਇੰਜ ਹੀ ਹੈ ਬੈ ਚੱਟ ਮੰਗਣੀ ਤੇ ਪੱਠ ਵਿਆ ਇਹ ਉਹ ਜੱਜ ਦਲਾਵਰ ਸਾਹਿਬ ਪਤਾ ਨਹੀਂ ਕਿਉਂ ਇਹ 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 ਕਰਦੇ ਨੇ ਪੈ ਢਿਲਮੱਠ ਸਜ਼ਾ ਹੁਣ ਤੱਕ ਸੁਣਾ ਦੇਣੀ ਚਾਹੀਦੀ ਸੀ ਮੇਰੇ ਵਰਗਾ ਜੱਜ ਹੁੰਦਾ ਤਾਂ ਤੋ ਸਬੂਤ ਸਾਹਮਣੇ ਨੇ ਤੇ ਸਜ਼ਾ ਸੁਣਾਓ ਐਲੋ ਸਰਕਾਰ ਅੱਲਾਹ ਅੱਲਾਹ ਤੇ ਖੈਰ ਸੱਲਾ ਇਹ ਹੁਣ ਜੱਜ ਜਿਹੜੇ ਨੇ ਇਮਰਾਨ ਖਾਨ ਦੇ ਕਹਿਣ ਤੇ ਆਪਣਾ ਵਕੀਲ ਜਿਹੜੇ ਨੇ ਉਹਦੇ ਏ ਹੁਣ ਉਹਨੂੰ ਗਲਮ ਗਲੋਚ ਢੀਂਗਾ ਮੁਸ਼ਤੀ ਲੜਾਈ ਝਗੜੇ ਕਦੀ ਆਣਾ ਨਾ ਆ ਕੇ ਬਹਿਣਾ ਨਾ ਲੇਟ ਹੋ ਜਾਣਾ ਬਾਹਰ ਸਿਗਰਟ ਪੀਣ ਚਲਾ ਜਾਣਾ ਧਮਕੀਆਂ ਦੇਣੀਆਂ ਕਿ ਇਹ ਨਹੀਂ ਕਰਨਾ ਉਹ ਨਹੀਂ ਕਰਨਾ ਛੱਡਾਂਗੇ ਨਹੀਂ ਅੰਜ ਨਹੀਂ ਕਰਾਂਗੇ ਇਸ ਤਰ੍ਹਾਂ ਦੇ ਕੰਮ ਜਿਹੜੇ ਨੇ ਅਦਾਲਤਾਂ ਦੇ ਵਿੱਚ ਨਿੱਕੀਆਂ ਅਦਾਲਤਾਂ ਦੇ ਵਿੱਚ ਸ਼ੁਰੂ ਹੋ ਗਏ ਨੇ ਤੇ ਮੈਂ وزارت داخਲਾ ਨੂੰ ਆਰਮੀ ਚੀਫ ਸਾਹਿਬ ਨੂੰ ਸਾਰਿਆਂਗੇ ਗੁਜ਼ਾਰਿਸ਼ ਕਰਨਾਂ ਕਿ ਭਾਈ ਜੀ ਜੇ ਗੱਲ ਨਿਬੇੜਨੀ ਜੇ ਤੇ ਅਦਾਲਤਾਂ ਦੇ ਵਿੱਚ ਵੀ ਮਾਹੌਲ ਜਿਹੜਾ ਹੈ ਨਾ ਉਹ ਠੀਕ ਰੱਖੋ ਜੱਜਾਂ ਦੀ ਵੀ ਕੋਈ ਇੱਜ਼ਤ ਹੈ ਜਿੰਨਾ ਫੈਸਲੇ ਦੇਣੇ ਨੇ ਉਹਨਾਂ ਦੀ ਵੀ ਕੋਈ ਰਿਸਪੈਕਟ ਕਰੋ ਉਹਨਾਂ ਦੀ ਸਫਾਇਤੀ ਵਾਸਤੇ ਕੋ ਕਮਾਂਡੋ ਉਸ ਮਨ ਲੋਗ ਕੋ ਅੱਗੇ ਕੋ ਐਕਸ਼ਨ ਜਿਹੜਾ ਉਹ ਤਿਆਰ ਹੋਣਾ ਚਾਹੀਦਾ ਬਈ ਜਾਂ ਕੋ ਵਕੀਲ ਜੱਜ ਦੇ ਨਾਲ ਬਕਵਾਸ ਕਰੇ ਉੱਥੇ ਉਹਨੂੰ ਫੜ ਕੇ ਤੇ ਉਤਾ ਚਾੜ ਦਿਓ ਪਰਾਂ ਕਿਧਰੇ ਕਿੰਨਾ ਗੋਖਾ ਕੰਮ ਰਹਿਣਾ ਸਣਾ ਉੱਲਾ ਯਾਰਮੀ ਚੀਫ ਸਾਹਿਬ ਤੁਸੀਂ ਇਹ ਕੰਮ ਕਰ ਦਿਓ ਇਹਨਾਂ ਕੋਲੋਂ ਤੇ ਹੋਣਾ ਕੋ ਨਹੀਂ ਕਿਉਂਕਿ ਉਹਨਾਂ ਆਖਰੀ ਮਰਾਹਲ ਤੇ ਤੋਸ਼ਖਾਨਾ ਪਹੁੰਚੇ ਹੈ ਕੋਈ ਪਤਾ ਨਹੀਂ ਬੰਦਿਆਲ ਜਿਹੜਾ ਆਵਾਜ਼ ਦੇ ਦੇ ਕਿ ਇੱਧਰ ਆ ਜਾ ਤੋਸ਼ਾਖਾਨਾ ਮੈਂ ਤੈਨੂੰ ਬਚਾਨਾ ਆਜੇ ਮੈਂ ਆਇਆ ਨਹੀਂ ਡੇਢ ਮਹੀਨਾ ਇੱਥੇ ਇਹਦੇ ਬਾਰੇ ਵੀ ਕੋਈ ਸਾਡਾ ਖਬਰਾਂ ਆ ਰਹੀਆਂ ਨੇ ਇਹ ਅਸੀਂ ਤੁਹਾਨੂੰ ਅਗਲੀ ਵੀਡੀਓ ਚ ਦੱਸਾਂਗੇ ਤੇ ਪਨਾਮਾ ਕੇਸ ਅਸੀਂ ਨਿਵਾਜ਼ ਸ਼ੀਫ ਸੁਰਖਰੂ ਤੇ ਸੁਰਾਜ ਲਖ ਉਰਫ ਮੌਲਵੀ ਟੋਕਾ ਉਹਦਾ ਮੌਤਰ ਨਿਕਲ ਗਿਆ ਅਜੇ ਉਹਦਾ ਹੁਣ ਕੋਈ ਹਾਲ ਨਹੀਂ ਉਹ ਕਹਿੰਦਾ ਮੈਨੂੰ ਛੱਡ ਦਿਓ ਤੇ ਐ ਸਾਖਬ ਨਸਾਰਾ ਨੂੰ ਸਜ਼ਾ ਦਿਓ ਤੇ ਨਿਵਾਜ਼ ਸ਼ੀਫ ਨੂੰ ਬਹਾਲ ਕਰੋ ਇਹ ਹਾਲਤ ਜੇ ਪਨਾਮਾ ਲੀਕਸ ਬਹੁਤ ਸ਼ੁਕਰੀਆ